ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਆ ਮੈਂ ਤੁਹਾਡਾ ਆਪਣੀ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ ਤੇ ਮੈਂ ਆ ਸੁਮਨਪ੍ਰੀਤ ਕੌਰ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਜਿਵੇਂ ਕਿ ਤੁਹਾਨੂੰ ਪਤਾ ਹੈ ਅਸੀਂ ਪਹਿਲਾਂ ਵੀਡੀਓ ਕੀਤੀ ਸੀ ਕਿ ਵਰਤਮਾਨ ਸਮੇਂ ਦੇ ਵਿੱਚ ਕੌਣ ਕੀ ਹੈ ਮਤਲਬ ਐਟ ਪ੍ਰੈਜ਼ੈਂਟ ਕੌਣ ਕੀ ਹੈ ਠੀਕ ਹੈ ਉਸੇ ਤਰ੍ਹਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਪਹਿਲੀਆਂ ਵਾਰੀ ਠੀਕ ਹੈ ਭਾਰਤ ਦੇ ਪਹਿਲੀਆਂ ਮਹਿਲਾਵਾਂ ਜਿਨ੍ਹਾਂ ਨੇ ਜਿਹੜੀਆਂ ਪਹਿਲੀ ਕੌਣ ਪਹਿਲਾ ਰਾਸ਼ਟਰਪਤੀ ਬਣਿਆ ਕੌਣ ਪਹਿਲਾ ਮਾਊਂਟ ਐਵਰੈਸਟ ਦੇ ਚੜਿਆ ਜਾਂ ਕਿਸ ਨੇ ਪਹਿਲਾਂ ਭਾਰਤ ਰਤਨ ਜਿੱਤੇ ਆ ਦੀਆਂ ਮਹਲਾਮਾਵਾਰੀ ਭਾਰਤ ਦੇ ਪੁਰਸ਼ਾਂ ਬਾਰੇ ਜਿਹੜੇ ਪਹਿਲੇ ਪਹਿਲੇ ਸਥਾਨ ਤੇ ਸੀ ਠੀਕ ਹੈ ਤੇ ਭਾਰਤ ਦੇ ਉੱਚੇ ਵੱਡੇ ਸਥਲ ਕਿਹੜੇ ਆ ਠੀਕ ਹੈ ਉਹ ਵੀ ਅਸੀਂ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਤਾਂ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਹੈਲਪਫੁਲ ਹੋਣ ਵਾਲੀ ਹੈ ਤੇ ਜਿਹੜੇ ਵੀ ਜੇਕਰ ਤੁਸੀਂ ਪੰਜਾਬ ਦੇ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਹੈਲਪਫੁਲ ਹੋਣ ਵਾਲੀ ਹੈ ਕਿਉਂਕਿ 3 ਤੋਂ 4 ਨੰਬਰ ਦੇ ਕੁਐਸਚਨ ਤੁਹਾਨੂੰ ਇਸ ਵੀਡੀਓ ਦੇ ਵਿੱਚੋਂ ਆਉਣ ਦੇ ਚਾਂਸ ਨੇ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੋਣ ਵਾਲੀ ਹੈ ਜੇਕਰ ਤੁਸੀਂ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਪਹਿਲੇ ਜਦੋਂ ਭਾਰਤ ਦੀਆਂ ਪਹਿਲੀਆਂ ਮੈਲਾਮਾਂ ਦੇ ਬਾਰੇ ਗੱਲ ਕਰ ਹਾਂਜੀ ਭਾਰਤ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਸੀ ਸ਼੍ਰੀਮਤੀ ਪ੍ਰਤਿਬਾ ਪਾਟਿਲ ਭਾਰਤ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਸੀ ਸ਼੍ਰੀਮਤੀ ਇੰਦਰਾ ਗਾਂਧੀ ਭਾਰਤ ਦੀ ਪਹਿਲੀ ਕੇਂਦਰੀ ਮੰਤਰੀ ਸੀ ਰਾਜਕੁਮਾਰੀ ਅਮਿਰਤਾ ਕੌਰ ਭਾਰਤ ਦੀ ਪਹਿਲੀ ਮਹਿਲਾ ਆਈਐਸਸੀ ਅੰਨਾ ਯਾਰਜ਼ ਭਾਰਤ ਦੀ ਪਹਿਲੀ ਮਹਿਲਾ ਆਈਪੀਐਸ ਬਣੀ ਸੀ ਕਿਰਨ 베ਦੀ ਭਾਰਤ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਬਣੀ ਸੀ ਸੁਚੇਤਾ ਕਿਰਪਾਨੀ ਸੁਪਰੀਮ ਕੋਰਟ ਦੀ ਪਹਿਲੀ ਮਹਿਲਾ ਮੁੱਖ ਜੱਜ ਬਣੀ ਸੀ ਮੀਰਾ ਸਾਹਿਬ ਫਾਤਿਮਾ ਬੀਬੀ ਹਾਈ ਕੋਰਟ ਦੀ ਪਹਿਲੀ ਮਹਿਲਾ ਜੱਜ ਬਣੀ ਸੀ ਲੀਲਾ ਸੇਠ ਨੈਕਸਟ ਏਸ਼ੀਆਈ ਖੇਡਾਂ ਦੇ ਵਿੱਚ ਸੋਨੇ ਦਾ ਮੈਡਲ ਜਿੱਤਣ ਵਾਲੀ ਪਹਿਲੀ ਮਹਿਲਾ ਬਣੀ ਸੀ ਕਮਲਜੀਤ ਸੰਧੂ ਨੈਕਸਟ ਕੁਐਸ਼ਨ ਆਸਕਰ ਪੁਰਸ ਜਿੱਤਣ ਵਾਲੀ ਪਹਿਲੀ ਭਾਰਤੀ ਔਰਤ ਬਣੀ ਸੀ ਪਾਨੂੰ ਨੈਕਸਟ ਕੁਐਸ਼ਨ ਪਹਿਲੀ ਮਹਿਲਾ ਕਿਸ ਜਿਸ ਨੇ ਗ੍ਰੈਜੂਏਸ਼ਨ ਪਾਸ ਕੀਤੀ ਸੀ ਤਾਂ ਜੀ ਪਹਿਲੀ ਮਹਿਲਾ ਜਿਨ੍ਹਾਂ ਨੇ ਗ੍ਰੈਜੂਏਸ਼ਨ ਪ੍ਰਾਪਤ ਪਾਸ ਕੀਤੀ ਸੀ ਉਹਨਾਂ ਦਾ ਨਾਮ ਕੀ ਹੈ ਗਾਂਗੂਲੀ ਅਤੇ ਚੰਦਰਮੁਖੀ ਗਾਂਗੂਲੀ ਅਤੇ ਚੰਦਰਮੁਖੀ ਨੇ ਸਭ ਤੋਂ ਪਹਿਲਾਂ ਇਹ ਪਹਿਲੀਆਂ ਮਹਿਲਾਾਂ ਮਾਂ ਹੀ ਜਿਨ੍ਹਾਂ ਨੇ ਗ੍ਰੈਜੂਏਸ਼ਨ ਪਾਸ ਕੀਤੀ ਸੀ ਅੰਤਰਿਕਸ਼ ਵਿੱਚ ਜਾਣ ਵਾਲੀ ਪਹਿਲੀ ਭਾਰਤੀ ਮਹਿਲਾ ਕੌਣ ਆ ਕਲਪਨਾ ਚਾਵਲਾ ਅਰਜੁਨ ਪੁਰਸਕਾਰ ਪ੍ਰਾਪਤ ਕਰਨ ਵਾਲੀ ਪਹਿਲੀ ਮਹਿਲਾ ਕੌਣ ਆ ਐਨ ਲੈਂਸਡੈਨ ਗਿਆਨਪੀਠ ਪੁਰਸਕਾਰ ਪ੍ਰਾਪਤ ਕਰਨ ਵਾਲੀ ਪਹਿਲੀ ਮਹਿਲਾ ਆਸਾਪੁਰਨ ਦੇਵੀ ਸੀ ਭਾਰਤ ਰਤਨ ਪ੍ਰਾਪਤ ਕਰਨ ਵਾਲੀ ਪਹਿਲੀ ਮਹਿਲਾ ਇੰਦਰਾ ਗਾਂਧੀ ਸੀ ਮਿਸ ਯੂਨੀਵਰਸ ਵਨ ਵਾਲੀ ਪਹਿਲੀ ਮਹਿਲਾ ਸੁਸ਼ਮਿਤਾ ਸੈਨ ਸੀ ਐਵਰੇਸਟ ਤੇ ਦੋ ਵਾਰ ਚੜਨ ਵਾਲੀ ਪਹਿਲੀ ਮਹਿਲਾ ਸੰਤੋਸ਼ ਯਾਦਵ ਸੀ ਇੰਗਲਿਸ਼ ਚੈਨਲ ਪਾਰ ਕਰਨ ਵਾਲੀ ਪਹਿਲੀ ਮਹਿਲਾ ਆਰਤੀ ਸਾਹਾ ਸੀ ਨੈਕਸਟ ਨੋਵਲ ਪੁਰਸਕਾਰ ਪ੍ਰਾਪਤ ਕਰਨ ਵਾਲੀ ਪਹਿਲੀ ਮਹਿਲਾ ਮਦਰ ਟੇਰੇਸਾ ਸੀ ਹਾਂਜੀ ਪਹਿਲੀ ਮਹਿਲਾ ਲੋਕ ਸਭਾ ਸਪੀਕਰ ਮੀਰਾ ਕੁਮਾਰ ਸੀ ਨੈਕਸਟ ਹਾਂਜੀ ਹੁਣ ਅਸੀਂ ਗੱਲ ਕਰਾਂਗੇ ਪਹਿਲੇ ਪੁਰਸ਼ਾਂ ਬਾਰੇ ਜਿੱਦਾਂ ਪਹਿਲਾਂ ਅਸੀਂ ਮਹਿਲਾਵਾਂ ਬਾਰੇ ਕੀਤੀ ਆ ਹੁਣ ਅਸੀਂ ਕਰਾਂਗੇ ਪੁਰਸ਼ਾਂ ਬਾਰੇ ਠੀਕ ਹੈ ਭਾਰਤ ਦਾ ਪਹਿਲਾ ਗਵਰਨਰ ਜਨਰਲ ਕੌਣ ਸੀ ਲਾਰਡ ਬਿਲੀਅਮ ਬੈਟਿਕ ਭਾਰਤ ਦਾ ਅੰਤਿਮ ਗਵਰਨਰ ਜਨਰਲ ਕੌਣ ਹੈ ਅਤੇ ਪਹਿਲਾ ਵਾਈਸ ਰਾਏ ਭਾਰਤ ਦਾ ਅੰਤਿਮ ਗਵਰਨਰ ਜਨਰਲ ਅਤੇ ਵਾਈਸ ਰਾਏ ਪਹਿਲਾ ਵਾਈਸ ਰਾਏ ਸੀਗੇ ਲਾਰਡ ਕੈਨਿੰਗ ਅਤੇ ਅੰਤਿਮ ਗਵਰਨਰ ਜਨਰਲ ਸੀ ਨੈਕਸਟ ਕੁਐਸ਼ਨ ਭਾਰਤ ਦਾ ਅੰਤਿਮ ਵਾਇਸਰਾਏ ਕੌਣ ਸੀ ਹਾਂਜੀ ਭਾਰਤ ਦੇ ਅੰਤਿਮ ਵਾਇਸਰਾਏ ਲਾਰਡ ਮਾਉਂਟ ਲਾਰਡ ਮਾਉਂਟ ਵੈਟਨਸੀ ਠੀਕ ਹੈ ਹਾਂਜੀ ਹੁਣ ਇਸ ਕੁਐਸ਼ਨ ਦੇ ਵਿੱਚ ਕਨਫਿਊਜ਼ ਨਾ ਹੋ ਜਾਣਾ ਇੱਥੇ ਅੰਤਿਮ ਗਵਰਨਰ ਲਿਖਿਆ ਵਾ ਠੀਕ ਹੈ ਤੇ ਇੱਥੇ ਅਸੀਂ ਅੰਤਿਮ ਵਾਇਸਰਾਏ ਕਰ ਰਹੇ ਹਾਂ ਤੇ ਪਹਿਲਾ ਵਾਇਸਰਾਏ ਕੌਣ ਸੀਗਾ ਲਾਰਡ ਕੈਨਿੰਗ ਨੈਕਸਟ ਕੁਐਸ਼ਨ ਆਜ਼ਾਦ ਭਾਰਤ ਦਾ ਪਹਿਲਾ ਗਵਰਨਰ ਜਰਨਲ ਕੌਣ ਸੀ ਹਾਂਜੀ ਆਜ਼ਾਦ ਭਾਰਤ ਦਾ ਪਹਿਲਾ ਗਵਰਨਰ ਜਰਨਲ ਲਾਰਡ ਮਾਉਂਟ ਵੈਟਨਸੀ ਨੈਕਸਟ ਕੁਐਸ਼ਨ ਆਜ਼ਾਦ ਭਾਰਤ ਦਾ ਪਹਿਲਾ ਭਾਰਤੀ ਅਤੇ ਅੰਤਿਮ ਗਵਰਨਰ ਜਰਨਲ ਕੌਣ ਸੀ ਹਾਂਜੀ ਆਜ਼ਾਦ ਭਾਰਤ ਦਾ ਪਹਿਲਾ ਭਾਰਤੀ ਅਤੇ ਅੰਤਿਮ ਗਵਰਨਰ ਜਰਨਲ ਚੱਕਰਵਰਤੀ ਰਾਜਾ ਗੋਪਾਲ ਚਾਰੀਆ ਸੀ ਨੈਕਸਟ ਕੁਐਸ਼ਨ ਭਾਰਤ ਦਾ ਪਹਿਲਾ ਰਾਸ਼ਟਰਪਤੀ ਕੌਣ ਸੀ ਡਾਕਟਰ ਰਜਿੰਦਰ ਪ੍ਰਸਾਦ ਭਾਰਤ ਦਾ ਪਹਿਲਾ ਉਪ ਰਾਸ਼ਟਰਪਤੀ ਕੌਣ ਸੀ ਡਾਕਟਰ ਸ਼ਰਵਪੱਲੀ ਰਾਧਾ ਕ੍ਰਿਸ਼ਨ ਭਾਰਤ ਦਾ ਪਹਿਲਾ ਮੁਸਲਮਾਨ ਰਾਸ਼ਟਰਪਤੀ ਕੌਣ ਸੀ 자ਕੀਰ ਹੁਸੈਨ ਹਾਂਜੀ ਨੈਕਸਟ ਕੁਐਸ਼ਨ ਭਾਰਤ ਦਾ ਪਹਿਲਾ ਪ੍ਰਧਾਨ ਮੰਤਰੀ ਕੌਣ ਸੀ ਡਾਕਟਰ ਸੌਰੀ ਪੰਡਿਤ ਜਵਾਹਰ ਲਾਲ ਨਹਿਰੂ ਆਣਾਈ ਠੀਕ ਹੈ ਇੱਥੇ ਨੈਕਸਟ ਕੁਐਸ਼ਨ ਭਾਰਤ ਦਾ ਪਹਿਲਾ ਉਪ ਪ੍ਰਧਾਨ ਮੰਤਰੀ ਕੌਣ ਸੀ ਸਰਦਾਰ ਬੱਲਭਾਈ ਪਟੇਲ ਨੈਕਸਟ ਭਾਰਤ ਦਾ ਪਹਿਲਾ ਸਿੱਖਿਆ ਮੰਤਰੀ ਕੌਣ ਸੀ ਅਬਦੁਲ ਕਲਾਮ ਅਯਾਦ ਨੈਕਸਟ ਹੈ ਜੀ ਭਾਰਤੀ ਰਾਸ਼ਟਰੀ ਕਾਂਗਰਸ ਦਾ ਪਹਿਲਾ ਪ੍ਰਧਾਨ ਕੌਣ ਸੀ ਚੰਦਰ ਮੁਖਰਜੀ ਸੀ ਭਾਰਤੀ ਰਾਸ਼ਟਰੀ ਕਾਂਗਰਸ ਦੇ ਪਹਿਲੇ ਮੁਸਲਿਮ ਪ੍ਰਧਾਨ ਕੌਣ ਸੀ ਬਦਰੂਦੀਨ ਤੈਪਾ ਜੀ ਨੋਵਲ ਪੁਰਸਕਾਰ ਜਿੱਤ ਪ੍ਰਾਪਤ ਕਰਨ ਵਾਲਾ ਪਹਿਲਾ ਭਾਰਤੀ ਕੌਣ ਸੀ ਹਾਂ ਜੀ ਨੋਵਲ ਪੁਰਸਕਾਰ ਪ੍ਰਾਪਤ ਕਰਨ ਵਾਲੇ ਪਹਿਲੇ ਭਾਰਤੀ ਸੀ ਰਵਿੰਦਰਨਾਥ ਟੈਗੋਰ ਨੈਕਸਟ ਪਾਰ ਦੇ ਪਹਿਲੇ ਨੋਬਲ ਪੁਰਸਕਾਰ ਜੇਤੂ ਵਿਗਿਆਨ ਖੇਤਰ ਦੇ ਵਿੱਚ ਸਨ ਹਾਂਜੀ ਭਾਰਤ ਦੇ ਪਹਿਲੇ ਵਿਗਿਆਨ ਖੇਤਰ ਦੇ ਵਿੱਚ ਪਹਿਲਾ ਨੋਬਲ ਪੁਰਸਕਾਰ ਕਿਸ ਨੇ ਜਿੱਤਿਆ ਸੀ ਸੀ ਵੀ ਰਮਨ ਨੇ ਮੈਗਸ ਐਸ ਅਵਾਰਡ ਕਿਸ ਪਹਿਲੇ ਭਾਰਤੀ ਨੂੰ ਮਿਲਿਆ ਸੀ ਹਾਂਜੀ ਮੈਗਸ ਐਸ ਅਵਾਰਡ ਆਚਾਰੀਆ ਵਿਨੋਵਾ ਨੂੰ ਮਿਲਿਆ ਸੀ ਨੈਕਸਟ ਕੁਐਸਚਨ ਭਾਰਤ ਦਾ ਪਹਿਲਾ ਆਈ ਪੀਐਸ ਪਾਸ ਕਰਨ ਵਾਲਾ ਪਹਿਲਾ ਵਿਅਕਤੀ ਪਹਿਲਾ ਪੁਰਸ਼ ਕੌਣ ਸੀ ਸਤਿੰਦਰ ਨਾਟਾ ਗੋਰ ਅੰਤਰਿਕਸ਼ ਵਿੱਚ ਪਹੁੰਚਣ ਵਾਲਾ ਪਹਿਲਾ ਭਾਰਤੀ ਕੌਣ ਸੀ ਰਾਕੇਸ਼ ਸ਼ਰਮਾ ਇੰਗਲਿਸ਼ ਚੈਨਲ ਪਾਰ ਕਰਨ ਵਾਲਾ ਪਹਿਲਾ ਭਾਰਤੀ ਕੌਣ ਸੀ ਮਹੀਰ ਸੈਨ ਬ੍ਰਿਟਿਸ਼ ਸੰਸਦ ਬਣਨ ਵਾਲਾ ਸਭ ਤੋਂ ਪਹਿਲਾ ਭਾਰਤੀ ਕੌਣ ਸੀ ਦਾਦਾਬਾਈ ਨਾਰੋਜੀ ਹੁਣ ਅਸੀਂ ਗੱਲਾਂ ਕਰਾਂਗੇ ਭਾਰਤ ਦਾ ਉੱਚਾ ਵੱਡਾ ਤੇ ਲੰਬੇ ਸਥਲ ਦੀਆਂ ਠੀਕ ਹੈ ਸਭ ਤੋਂ ਵੱਡਾ ਪਸ਼ੂ ਮੇਲਾ ਕਿੱਥੇ ਲੱਗਦਾ ਹੈ ਸੋਨਪੁਰ ਦੇ ਵਿੱਚ ਜਿਹੜਾ ਕਿ ਵਿਹਾਰ ਦੇ ਵਿੱਚ ਆ ਠੀਕ ਹੈ ਸਭ ਤੋਂ ਉੱਚੀ ਮੀਨਾਰ ਕਿੱਥੇ ਆ ਕੁੱਤਬ ਮੀਨਾਰਾ ਕਿੱਥੇ ਆ ਇਹ ਦਿੱਲੀ ਦੇ ਵਿੱਚ ਆ ਸਭ ਤੋਂ ਵੱਡੀ ਝੀਲ ਕਿਹੜੀ ਆ ਬੁਲਰ ਝੀਲ ਆ ਇਹ ਕਿੱਥੇ ਆ ਇਹ ਜੰਮੂ ਕਸ਼ਮੀਰ ਦੇ ਵਿੱਚ ਆ ਸਭ ਤੋਂ ਵੱਡਾ ਡੈਮ ਕਿਹੜਾ ਹੈ ਪਾਖੜਾ ਡੈਮ ਹਾਂਜੀ ਸਭ ਤੋਂ ਵੱਡਾ ਰੇਗਿਸਤਾਨ ਕਿੱਥੇ ਆ ਥਾਰ ਰੇਗਿਸਤਾਨ ਆ ਜਿਹੜਾ ਕਿ ਰਾਜਸਥਾਨ ਦੇ ਵਿੱਚ ਆ ਰਾਜਸਥਾਨ ਦੀ ਕੈਪੀਟਲ ਕੀ ਆ ਜੈਪੁਰ ਸਭ ਤੋਂ ਵੱਡਾ ਗੁਫਾ ਮੰਦਿਰ ਕਿਹੜਾ ਵਾ ਕੈਲਾਸ਼ ਮੰਦਿਰ ਇਹ ਕਿੱਥੇ ਆ ਐਲੋਰਾ ਦੇ ਵਿੱਚ ਹਾਂਜੀ ਸਭ ਤੋਂ ਵੱਡਾ ਚਿੜੀਆ ਘਰ ਕਿਹੜਾ ਵਾ ਯੂਕ ਜਿਕਲ ਗਾਰਡਨ ਇਹ ਕਿੱਥੇ ਆ ਕੋਲਕੱਤਾ ਦੇ ਵਿੱਚ ਹਾਂਜੀ ਸਭ ਤੋਂ ਵੱਡੀ ਮਸਜਿਦ ਕਿਹੜੀ ਆ ਸਭ ਤੋਂ ਵੱਡੀ ਮਸਜਿਦ ਦਾ ਜਾਮਾ ਮਸਜਿਦ ਇਹ ਕਿੱਥੇ ਆ ਦਿੱਲੀ ਦੇ ਵਿੱਚ ਹਾਂਜੀ ਸਭ ਤੋਂ ਵੱਡੀ ਸੁਰੰਗ ਕਿਹੜੀ ਆ ਸਭ ਤੋਂ ਵੱਡੀ ਸੁਰੰਗ ਆ ਜਵਾਹਰ ਸੁਰੰਗ ਇਹ ਕਿੱਥੇ ਆ ਇਹ ਜੰਮੂ ਕਸ਼ਮੀਰ ਦੇ ਵਿੱਚ ਸਭ ਤੋਂ ਲੰਬੀ ਰੇਲਵੇ ਸੁਰੰਗ ਕਿੱਥੇ ਆ? ਕਿਹੜੀ ਆ ਪੀਰ ਪੰਜਾਲ। ਹਾਂਜੀ ਸਭ ਤੋਂ ਵੱਡਾ ਡੈਲਟਾ ਕਿਹੜਾ ਏ? ਸੁੰਦਰਵਨ ਡੈਲਟਾ। ਸਭ ਤੋਂ ਉੱਚਾ ਚਰਨਾ ਕਿਹੜਾ ਏ? ਯੋਗ ਜਾਂ ਗਰਸੀਪਾ। ਇਹ ਕਿੱਥੇ ਆ? ਕਰਨਾਟਕ ਦੇ ਵਿੱਚ। ਸਭ ਤੋਂ ਲੰਬੀ ਨਦੀ ਕਿਹੜੀ ਆ? ਗੰਗਾ ਨਦੀ। ਸਭ ਤੋਂ ਵੱਡਾ ਕੋਰੀਡੋਰ ਕਿਹੜਾ ਏ? ਰਾਮੇ ਹਾਂਜੀ ਰਾਮੇਸ਼ਵਰ। ਸੌਰੀ। ਸਭ ਤੋਂ ਵੱਡਾ ਕੋਰੀਡੋਰ ਕਿਹੜਾ ਏ? ਰਾਮੇਸ਼ਵਰਮ ਮੰਦਿਰ। ਜਿਹੜਾ ਕਿ ਤਾਮਿਲਨਾਡੂ ਦੇ ਵਿੱਚ ਆ ਹਾਂਜੀ ਸਭ ਤੋਂ ਵੱਡਾ ਅਜਾਇਬ ਘਰ ਕਿਹੜਾ ਹੈ ਅਜਾਇਬ ਘਰ ਕੋਲਕੱਤਾ ਅਜਾਇਬ ਘਰ ਸਭ ਤੋਂ ਉੱਚੀ ਮੂਰਤੀ ਕਿਹੜੀ ਹੈ ਗੁੰਮਤੇਸ਼ਵਰ ਦੀ ਮੂਰਤੀ ਹੈ ਕਿੱਥੇ ਹੈ ਕਰਨਾਟਕ ਦੇ ਵਿੱਚ ਆ ਸਭ ਤੋਂ ਲੰਬੀ ਸੜਕ ਕਿਹੜੀ ਆ ਗ੍ਰੇਡ ਟ੍ਰਾਂਕ ਰੋਡ ਸਭ ਤੋਂ ਵੱਡਾ ਗੁੰਬਦ ਕਿਹੜਾ ਵਾ ਗੋਲ ਗੁੰਬਦ ਬੀਜਾਪੁਰ ਦੇ ਵਿੱਚ ਸਭ ਤੋਂ ਲੰਬੀ ਨਹਿਰ ਕਿਹੜੀ ਆ ਇੰਦਰਾ ਗਾਂਧੀ ਨਹਿਰ ਠੀਕ ਹੈ ਸਭ ਤੋਂ ਲੰਬਾ ਪਲੇਟਫਾਰਮ ਕਿਹੜਾ ਹੈ ਸਭ ਤੋਂ ਲੰਬਾ ਪਲੇਟਫਾਰਮ ਗੋਰਖਪੁਰ ਦੇ ਵਿੱਚ ਹੈ ਜਿਹੜਾ ਕਿ ਉੱਤਰ ਪ੍ਰਦੇਸ਼ ਦੇ ਵਿੱਚ ਹੈ ਉੱਤਰ ਪ੍ਰਦੇਸ਼ ਦੀ ਕੈਪੀਟਲ ਕੀ ਹੈ ਲਖਨਊ ਲਖਨਊ ਕਿਹੜੀ ਨਦੀ ਕਿਨਾਰੇ ਸਥਿਤ ਹੈ ਗੌਂਤੀ ਨਦੀ ਦੇ ਹਾਂਜੀ ਨੈਕਸਟ ਸਭ ਤੋਂ ਲੰਬਾ ਰੇਲ ਮਾਰਗ ਕਿਹੜਾ ਹੈ ਡਿਬਰੂਗੜ ਤੋਂ ਕੰਨਿਆ ਕੁਮਾਰੀ ਤੱਕ ਦਾ ਜਿਹੜਾ ਰੇਲ ਮਾਰਗ ਹੈ ਸਭ ਤੋਂ ਲੰਬਾ ਹੈ ਸਭ ਤੋਂ ਲੰਬੀ ਸਹਾਇਕ ਨਦੀ ਕਿਹੜੀ ਹੈ ਯਮੁਨਾ ਨਦੀ ਖਾਰੇ ਪਾਣੀ ਦੀ ਸਭ ਤੋਂ ਲੰਬੀ ਝੀਲ ਕਿਹੜੀ ਆ ਬੁਲਰ ਝੀਲ ਇਹ ਕਿੱਥੇ ਆ ਇਹ ਜੰਮੂ ਕਸ਼ਮੀਰ ਦੇ ਵਿੱਚ ਆ ਠੀਕ ਹੈ ਇੱਕ ਤੁਹਾਨੂੰ ਇਹ ਵੀ ਖਾਰੇ ਪਾਣੀ ਦੀ ਸਭ ਤੋਂ ਲੰਬੀ ਝੀਲ ਹਾਂਜੀ ਨੈਕਸਟ ਕੁਐਸ਼ਨ ਸਭ ਤੋਂ ਲੰਬਾ ਬੰਨ ਕਿਹੜਾ ਹੈ ਹੀਰਾਕੁੰਡ ਡੈਮ ਠੀਕ ਹੈ ਸਭ ਤੋਂ ਲੰਬਾ ਬੰਨ ਕਿਹੜਾ ਵਾ ਹੀਰਾਕੁੰਡ ਡੈਮ ਸਭ ਤੋਂ ਉੱਚਾ ਟੀਵੀ ਟਾਵਰ ਕਿਹੜਾ ਹੈ ਪ੍ਰੀਤਮਪੁਰਾ ਦੇ ਵਿੱਚ ਇਹ ਕਿੱਥੇ ਆ ਨਵੀਂ ਦਿੱਲੀ ਦੇ ਵਿੱਚ ਨੈਕਸਟ ਕੁਐਸ਼ਨ ਸੌਰੀ ਨੈਕਸਟ ਹਾਂਜੀ ਤੁਹਾਨੂੰ ਪੁਆਇੰਟ ਆ ਸਭ ਤੋਂ ਵੱਡਾ ਦੀਪ ਕਿਹੜਾ ਹੈ ਅਸਮ ਬ੍ਰਹਮਪੁੱਤਰਾ ਦੇ ਵਿੱਚ ਨੈਕਸਟ ਕੁਐਸਚਨ ਸਭ ਤੋਂ ਵੱਡਾ ਜ਼ਿਲ੍ਹਾ ਕਿਹੜਾ ਹੈ ਕਾਸ਼ ਗੁਜਰਾਤ ਦਾ ਜ਼ਿਲ੍ਹਾ ਹੈ ਠੀਕ ਹੈ ਸਭ ਤੋਂ ਵੱਡਾ ਸਮੁੰਦਰੀ ਤੱਟ ਕਿਹੜਾ ਹੈ ਮੈਰੀਨਾ ਬੀਚ ਇਹ ਕਿੱਥੇ ਆ ਇਹ ਚੇਨਈ ਦੇ ਵਿੱਚ ਆ ਠੀਕ ਹੈ ਸਭ ਤੋਂ ਵੱਡਾ ਡੈਲਟਾ ਕਿਹੜਾ ਹੈ ਸੁੰਦਰਬਨ ਡੈਲਟਾ ਹੈ हां जी মিঠੇ ਪਾਣੀ ਦੀ ਸਭ ਤੋਂ ਵੱਡੀ ਝੀਲ ਕਿਹੜੀ ਆ ਬੁਲਰ ਝੀਲ ਇਹ ਕਿੱਥੇ ਆ ਜੰਮੂ ਕਸ਼ਮੀਰ ਦੇ ਵਿੱਚ ਆ ਠੀਕ ਹੈ ਇਹਨਾਂ ਤੁਸੀਂ ਯਾਦ ਰੱਖਣਾ ਜੀ ਇਸ ਦੇ ਨਾਲ ਹੀ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਆ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ